बेसुरा चल जाता है पर बेअदबा नहीं चलता। नहीं चल रहा। 7 साल की उम्र ਤੁਸੀਂ ਪਹਿਲਾ ਗਾਣਾ ਗਾਤਾ, 10 ਸਾਲ ਦੀ ਉਮਰ ਤੁਸੀਂ ਪਹਿਲੀ ਐਲਬਮ ਲੈ ਕੇ ਆਏ। ਅਸੀਂ ਹੈਗੇ ਆ ਮੀਰਜ਼ਾਦੇ ਜੀ, ਬਾਬਾ ਮਰਦਾਨਾ ਜੀ ਦੇ ਅਸੀਂ ਬੱਚੇ ਆ। ਬਿਲਕੁਲ। ਜੇ ਕੋਈ ਮੈਨੂੰ ਕਹਿੰਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਸੁਣਾ ਦੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਮਹਿਮਾਨੇ ਪੰਜਾਬ, ਅਤੇ ਮੈਂ ਤੁਹਾਡਾ ਹੋਸਟ ਰਣਜੀਤ ਬਾਲ। ਦੋਸਤੋ, ਜਦੋਂ ਅਸੀਂ ਕਦੇ ਗੱਲ ਕਰਦੇ ਹਾਂ ਸੁਰਾਂ ਦੀ, ਗੱਲ ਕਰਦੇ ਹਾਂ ਗਾਇਕੀ ਦੀ, ਤਾਂ ਫਿਰ ਕੁਝ ਅਜਿਹੇ ਨਾਮ ਨੇ ਜਿਨ੍ਹਾਂ ਦਾ ਤਾਰਫ ਤੋਂ ਬਿਨਾਂ ਜੇਕਰ ਉਹ ਨਾਮ ਹੀ ਸਾਹਮਣੇ ਆ ਜਾਂਦਾ, ਉਹਨਾਂ ਦਾ ਕੈਰੀਅਰ ਜਿਹੜਾ ਉਹ ਤੁਹਾਡੇ ਸਾਹਮਣੇ ਖੁੱਲ੍ਹੀ ਕਿਤਾਬ ਵਾਂਗੂ ਖੁੱਲ੍ਹ ਕੇ ਆ ਜਾਂਦਾ। ਉਹਨਾਂ ਦੇ ਇੱਕ ਇੱਕ ਗਾਏ ਗੀਤ, ਇੱਕ ਇੱਕ ਬੋਲੇ ਲਫ਼ਜ਼ ਜਿਹੜੇ ਨੇ ਉਹ ਤੁਹਾਨੀ ਸਾਰਿਆਂ ਦੇ, ਮੇਰੇ ਤੁਹਾਡੇ ਹਰ ਇੱਕ ਦੇ ਦਿਲਾਂ ਵਿੱਚ ਵਸੇ ਹੋਏ ਨੇ। ਅੱਜ ਕੱਲ੍ਹ ਅਜਿਹੇ ਹੀ ਸਾਡੇ ਮਹਿਮਾਨ ਸੂਫੀ ਦੇ ਉਹ ਸਾਗਰ ਸੁਰਾਂ ਦੇ ਬੇਤਾਜ ਬਾਦਸ਼ਾਹ ਸਾਡੇ ਨਾਲ ਨੇ, ਜਿਹੜੇ ਤੁਹਾਡੇ ਸਾਡੇ ਸਾਰਿਆਂ ਵਾਸਤੇ ਇੱਕ ਬਹੁਤ ਸੋਹਣਾ ਜਿਹੜਾ ਪ੍ਰੋਗਰਾਮ ਲੈ ਕੇ ਆਏ ਨੇ, ਇੱਕ ਸ਼ੋਅ ਲੈ ਕੇ ਆਏ ਨੇ। ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਕਰੀਏ ਉਹਨਾਂ ਦਾ ਜੀਆਂ ਮੇਰੀ ਮੁਰਾਦ ਪੂਰਨ ਸ਼ਾਹ ਕੋਟੀ ਦੇ ਫਜ਼ੰਦ ਸਲੀਮ ਭਾਅ ਜੀ। ਭਾਈ ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਜੀਆਂ ਜੀ। ਸਤਿ ਸ਼੍ਰੀ ਅਕਾਲ ਵੀਰੇ, ਕਿੱਦਾਂ ਠੀਕ ਹੋ? ਤੁਸੀਂ ਸੁਣਾਓ, ਸਿਹਤਾਂ ਠੀਕ ਠਾਕ? ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪੰਜਾਬ ਟੀਵੀ ਆਸਟ੍ਰੇਲੀਆ ਦਾ, ਔਰ ਨਾਮ ਹੀ ਬੜਾ ਖੂਬਸੂਰਤ ਹੈ ਪੰਜਾਬ ਜੀ। ਪੰਜਾਬ, ਪੰਜਾਬ ਬਿਲਕੁਲ ਜੀ। ਪੰਜਾਬ ਮਤਲਬ ਜਿਹੜੇ ਦਰਿਆ ਨੇ ਪੰਜ ਜੀ ਜੀ, ਉਹਨਾਂ ਦੇ ਬਿਲਕੁਲ ਪੰਜ ਆਬ ਉਹਨਾਂ ਨੂੰ ਹੀ ਕਹਿੰਦੇ। ਬਿਲਕੁਲ ਜੀ ਬਿਲਕੁਲ। ਔਰ ਤੁਸੀਂ ਤਾਂ ਸਮੋਈ ਬੈਠੇ ਹੋ ਆਪਣੇ ਕੋਲ। ਧੰਨਵਾਦ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਬਹੁਤ ਖੂਬਸੂਰਤ ਪੰਜਾਬੀਅਤ ਦੀ ਮਹਿਕ ਆਉਂਦੀ ਹੈ ਪੰਜਾਬ ਟੀਵੀ ਆਸਟ੍ਰੇਲੀਆ ਵਿੱਚ। ਗੋਡ ਬਲੈਸ ਭਾਜੀ। ਧੰਨਵਾਦ ਜੀ। ਆਪਾਂ ਥੋੜਾ ਜਿਹਾ ਸ਼ੋਅ ਬਾਰੇ ਗੱਲਬਾਤ ਕਰ ਲਈਏ, ਜਿਹਦੇ ਕਰਕੇ ਅਸੀਂ ਅੱਜ ਬਿਲਕੁਲ ਇਕੱਠੇ ਹੋਏ ਹਾਂ, ਤੇ ਤੁਸੀਂ ਸਾਡੇ ਵਿਹੜੇ ਆਏ ਹੋ ਜੀ। ਸਾਨੂੰ ਇੰਨਾ ਚਾਅ ਹੈ ਕਿ ਅਸੀਂ ਲਫ਼ਜ਼ਾਂ ਵਿੱਚ ਦੱਸ ਨਹੀਂ ਸਕਦੇ। ਲਵ ਯੂ ਭਾਜੀ, ਥੈਂਕ ਯੂ ਜੀ। ਦੋਸਤੋ, ਸ਼ੋਅ ਭਾਜੀ ਹੁਣਾਂ ਦਾ ਕੱਲ੍ਹ 6:30 ਟਾਈਮ, ਜਿਹੜਾ 6:30 ਰਿਸੈਪਸ਼ਨ ਹੈ ਸਫਾਇਰ ਬੈਂਕ ਹੋਮ ਵਿੱਚ। ਟਿਕਟਸ ਜਿਹੜੀਆਂ ਤੁਸੀਂ ਪਲੀਜ਼ ਕਨਫਰਮ ਕਰ ਲਿਓ। ਟਿਕਟਸ ਜਿਹੜੀਆਂ ਵਾ ਟਿਕਟਸ ਐਟ ਈਵੈਂਟ ਬਾਕਸ ਵਿੱਚ ਤੁਸੀਂ ਜਿਹੜੀਆਂ ਟਿਕਟਸ ਆਪਣੇ, ਮੋਸਟਲੀ ਤਾਂ ਵੈਸੇ ਟਿਕਟਸ ਜਿਹੜੀਆਂ ਅਬਾਊਟ ਟੂ ਸੋਲਡ ਆਊਟ ਸ਼ੋਅ ਆ, ਪਰ ਜੇਕਰ ਤੁਸੀਂ ਅਜੇ ਵੀ ਇਨਕੁਆਇਰੀ ਕਰ ਰਹੇ ਹੋ ਤਾਂ ਜ਼ਰੂਰ ਆਪਣੀਆਂ ਟਿਕਟਸ ਕਨਫਰਮ ਕਰ ਲਿਓ। ਪਲੀਜ਼ ਟਰਾਈ ਟੂ ਬੀ ਔਨ ਟਾਈਮ, ਸੋ ਅਸੀਂ ਜਿਹੜਾ ਸ਼ੋਅ ਆ ਉਹਦਾ ਪ੍ਰੋਪਰ ਆਨੰਦ ਮਾਣ ਸਕੀਏ। ਸ਼ੋਅ ਦਾ ਜਿਹੜਾ ਇੱਕ ਨਾਂ ਆ, ਮੇਰੇ ਖਿਆਲ 'ਚ ਜੇਕਰ ਤੁਸੀਂ ਨਾਂ ਤੋਂ ਹੀ ਸਾਰਾ ਕੁਛ ਮਹਿਸੂਸ ਕਰ ਸਕਦੇ ਹੋ ਕਿ ਸ਼ੋਅ ਕੀ ਆ, ਦਾ ਰੀਅਲ ਸੂਫੀ ਟੂਰ ਜੀ। ਅਤੇ ਇਹ ਸਾਰਾ ਜਿਹੜਾ ਟੂਰ ਆ, ਇਹ ਸਾਡੇ ਬਹੁਤ ਹੀ ਪਿਆਰੇ ਵੀਰ, ਸਾਡੇ ਦੋਸਤ ਜਿਹੜੇ ਹਮੇਸ਼ਾ ਹੀ ਇੰਨੇ ਸੁਹਿਰਦ ਰਹਿੰਦੇ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ, ਅਤੇ ਇੰਨਾ ਵਧੀਆ ਸ਼ੋਅ ਲੈ ਕੇ ਆਏ ਨੇ ਜਿਨ੍ਹਾਂ ਵਿੱਚ ਰੂਹਾਨੀ ਤਾਰਾਂ ਸਾਡੇ ਬਾਜਵਾ ਫੈਨ ਸਿੰਘ ਅਤੇ ਠੇਕਾ ਗਰੁੱਪ, ਜਿਨ੍ਹਾਂ ਵਿੱਚ ਸਾਡੇ ਬਾਜਵਾ ਹੈਰੀ ਭਾਅ ਜੀ ਨੇ, ਫਿਰ ਅਰੁਣ ਭਾਅ ਜੀ ਨੇ, ਅਤੇ ਨਾਲ ਸਾਡੇ ਜਸਮੀਤ ਸਹਿਗਲ ਹੋਣੀ ਨੇ, ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਵੀ ਹੈ ਕਿ ਇਹੋ ਜਿਹੇ ਜਿਹੜੇ ਮਿਆਰੀ ਸ਼ੋਅ ਨੇ ਉਹ ਸਾਡੇ ਸਾਰਿਆਂ ਵਾਸਤੇ ਲੈ ਕੇ ਆਉਂਦੇ। ਭਾਅ ਜੀ, ਕੱਲ੍ਹ ਦੀ ਕਿਵੇਂ ਐਕਸਾਈਟਮੈਂਟ ਹੈ? ਬਹੁਤ ਹੈ, ਕਾਫੀ ਸਾਲਾਂ ਬਾਅਦ ਆਸਟ੍ਰੇਲੀਆ ਆਇਆ ਜੀ, ਔਰ ਕਈ ਮਿੱਤਰ ਪਿਆਰਿਆਂ ਨੂੰ ਮਿਲਿਆ ਮੈਂ, ਬੜਾ ਚੰਗਾ ਲੱਗਿਆ, ਬੜਾ ਮਨ ਖੁਸ਼ ਹੋਇਆ ਜੀ। ਔਰ ਹਰ ਵਾਰੀ ਐਕਸਾਈਟਮੈਂਟ ਹੁੰਦੀ ਹੈ, ਇਸ ਵਾਰੀ ਥੋੜ੍ਹਾ ਜ਼ਿਆਦਾ ਕਿਉਂਕਿ ਕਾਫੀ ਲੰਬੇ ਸਮੇਂ ਬਾਅਦ ਮੈਂ ਆਇਆ ਜੀ। ਔਰ ਕੱਲ੍ਹ ਮਿਲਦੇ ਹਾਂ ਜੀ, ਫੈਮਲੀਆਂ ਆਪਣੀਆਂ ਲੈ ਕੇ ਆਓ ਤੁਸੀਂ ਸਾਰੇ, ਔਰ ਟਾਈਮ ਸਿਰ ਆਇਓ 4 ਨਵੰਬਰ ਨੂੰ ਰਿਸੈਪਸ਼ਨ ਐਟ ਸਫਾਇਰ ਦੇ ਵਿੱਚ, ਤੁਸੀਂ ਸਾਰੇ ਆਓ, ਫੈਮਲੀਆਂ ਜ਼ਰੂਰ ਨਾਲ ਲੈ ਕੇ ਆਓ, ਕਿਉਂਕਿ ਮੈਂ ਚਾਹੁੰਦਾ ਕਿ ਸਾਡੇ ਜਿਹੜੇ ਅੱਜ ਕੱਲ੍ਹ ਦੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ ਜਾਂ ਬੱਚੇ ਜਿਹੜੇ ਨੇ, ਉਹਨਾਂ ਨੂੰ ਵੀ ਪਤਾ ਲੱਗੇ ਕਿ ਪੰਜਾਬੀ ਕੀ ਚੀਜ਼ ਹੈ, ਪੰਜਾਬੀਅਤ ਕੀ ਚੀਜ਼ ਹੈ। ਬਿਲਕੁਲ। ਜਾਂ ਜੇ ਮੈਂ ਜਦੋਂ ਸੂਫੀ ਗਾਵਾਂ ਤੇ ਮੈਂ ਚਾਹੁੰਦਾ ਕਿ ਉਹਨਾਂ ਦੇ ਪੇਰੈਂਟਸ ਉਹਨਾਂ ਨੇ ਦੱਸਣ ਕਿ ਇਹ ਜਿਹੜਾ ਕਲਾਮ ਹੈ ਇਹਨੇ ਲਿਖਿਆ ਜੀ, ਕਿਆ ਬਾਤ ਹੈ, ਹੈਨਾ, ਬਾਬਾ ਬੁੱਲੇ ਸ਼ਾਹ ਸਾਹਿਬ ਔਰ ਬਾਬਾ ਸ਼ਾਹ ਹੁਸੈਨ ਸਾਹਿਬ ਹੈ, ਵੱਡੇ ਵੱਡੇ ਅਦੀਬ ਲੋਕ, ਜਿਹੜੇ ਅਦੀਬ ਸ਼ਾਇਰ ਜੀ, ਜੇ ਉਹਨਾਂ ਦੀਆਂ ਮੈਂ ਗੱਲਾਂ ਕਰਾਂ ਜਾਂ ਉਹਨਾਂ ਦੇ ਕਲਾਮ ਗਾਵਾਂ ਤੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਕੀ ਚੀਜ਼ ਹੈ। ਬਾਲੀਵੁੱਡ ਤਾਂ ਹੈਗਾ ਹੀ ਹੈ, ਬਾਲੀਵੁੱਡ ਦੇ ਗਾਣੇ ਵੀ ਸਾਡੇ ਜਿਹੜੇ ਉਹ ਵੀ ਕੱਲ੍ਹ ਸੁਣਾਵਾਂਗੇ, ਅਤੇ ਉਸ ਤੋਂ ਬਾਅਦ ਪੰਜਾਬੀ ਗਾਣੇ ਜਿਹੜੇ ਮੇਰੇ ਆ ਜੀ, ਦੁੱਖ ਦੇਣੀ ਨੇ ਕਿਹੜਾ ਦੁੱਖ ਦੇਣ ਆਈ ਹੈ, ਜਾਂ ਨਵਾਂ ਗੀਤ ਰਿਲੀਜ਼ ਹੋਇਆ ਆਪਣੇ, ਮੇਰਾ ਬੜਾ ਭਰਾ ਪਿਆਰਾ ਭਰਾ ਉਹ ਹਰਜੋਤ ਜੀ, ਉਹਨੇ ਕੀਤਾ ਸੀ ਰਿਕਾਰਡ ਉਹ, ਔਰ ਹਰਸਿਮਰਨ ਸਾਡਾ ਛੋਟਾ ਵੀਰ ਹੈ ਪਿਆਰਾ, ਉਹਨੇ ਉਹਦੇ 'ਚ ਮੇਰੇ ਖਿਆਲ ਐਕਟਿੰਗ ਕੀਤੀ ਹੈ, ਪੂਰੇ ਗਾਣੇ 'ਚ ਮਾਡਲਿੰਗ ਉਹਦੀ ਹੈ ਜੀ, ਹਰਜੋਤ ਦੇ ਉਹ ਗਾਣਾ ਕੀਤਾ ਸੀ ਜੀ, ਔਰ ਹਰਸਿਮਰਨ ਨੇ ਉਹਦੇ 'ਚ ਐਕਟ ਕੀਤਾ, ਤਾਂ ਗਾਣਾ ਬੜਾ ਚੱਲਿਆ ਉਹ। ਬਿਲਕੁਲ ਭਾਅ ਜੀ, ਅਸੀਂ ਸਾਡੇ ਵਾਸਤੇ ਹੋਰ ਮਾਣ ਵਾਲੀ ਗੱਲ ਆ
ਕਿ ਜਦੋਂ ਤੁਹਾਡੇ ਵਰਗੇ ਐਡੇ ਵਧੀਆ ਫਨਕਾਰ ਤੇ ਦੂਜੇ ਬੰਨੇ ਸਾਡੇ ਉਹ ਪਿਆਰੇ ਦੋਸਤ, ਜਦੋਂ ਨਾ ਹਰਸਿਮਰਨ ਦਾ ਆਉਂਦਾ, ਜਦੋਂ ਨਾ ਹਰਜੋਤਣਾ ਆਉਂਦਾ, ਫਿਲਮੀ ਲੋਕ ਦਾ ਆਉਂਦਾ, ਤੇ ਫਿਰ ਜਦੋਂ ਇਹ ਕੋਂਬੋ ਮਾਰ ਕੇ ਅਸੀਂ ਜੋ ਵੇਖਿਆ ਸੀ ਕਿ ਅਸੀਂ ਤਾਂ ਉਹਦੇ ਗੀਤ ਦੀ ਸਾਰੀ ਜਿਹੜਾ ਪ੍ਰੋਡਕਸ਼ਨ ਚੱਲਦੀ ਰਹੀ ਸੀ ਤਿਆਰੀ, ਅਸੀਂ ਤਾਂ ਵੀ ਵਿੰਦੇ ਰਹੇ ਹਾਂ, ਪਰ ਜਦੋਂ ਬਣ ਕੇ ਆਇਆ ਤਾਂ ਬਹੁਤ ਵਧੀਆ ਲੱਗਾ। ਤੇ ਫਿਲਮ ਇੱਕ ਹੋਰ ਵੀ ਜਿਹੜਾ ਸਰਪ੍ਰਾਈਜ਼ ਹੈ, ਜਿਹੜੀ ਇੱਥੇ ਪਹਿਲੀ ਫਿਲਮ ਐਡੀ ਵੱਡੀ ਇੱਥੇ ਹੋਈ ਆ, ਉਹਦਾ ਟਾਈਟਲ ਸੌਂਗ ਵੀ ਤੁਸੀਂ, ਤੇ ਸਾਡਾ ਜਿਹੜਾ ਲਿਖਣ ਵਾਲਾ ਉਹ ਵੀ ਸਾਡਾ ਵੀਰ ਜੀ ਸੰਧੂ, ਸਾਡਾ ਬੜਾ ਪਿਆਰਾ ਸੱਜਣ ਆ, ਤੇ ਉਹ ਵੀ ਮੇਰੇ ਖਿਆਲ 'ਚ ਇੱਕ ਤੁਸੀਂ ਸਾਡੇ ਨਾਲ ਇੱਕ ਜਿਹੜੀ ਸਦੀਵੀ ਜਿਹੜੀ ਇੱਕ ਮੋਹ ਆ ਪਿਆਰ ਹੈ ਉਹ ਜੁੜਨਾ। ਮੇਰਾ ਨਾ ਹਰਜੋਤ ਨਾਲ ਬਹੁਤ ਜ਼ਿਆਦਾ ਪਿਆਰ ਹੈ। ਅਸੀਂ ਜਦੋਂ ਸੁਪਨਾ ਗਾਣਾ ਕੀਤਾ, ਉਸ ਤੋਂ ਪਹਿਲਾਂ ਮੈਂ ਜਾਣਦਾ ਨਹੀਂ ਸੀ ਹਰਜੋਤ ਨੂੰ, ਪਰ ਜਦੋਂ ਸੁਪਨਾ ਗਾਣਾ ਕੀਤਾ ਤਾਂ ਉਸ ਮੁੰਡੇ ਨੇ ਬੜੀ ਪੇਸ਼ੈਂਸ ਵਿਖਾਈ ਜੀ, ਮੈਨੂੰ ਇੰਨਾ ਵਧੀਆ ਲੱਗਿਆ ਨਾ, ਮੈਂ ਕਿਹਾ ਯਾਰ ਇਹ ਬੰਦਾ ਬਹੁਤ, ਉਹਨੇ ਪੈਸੇ ਸਾਨੂੰ ਪਹਿਲਾਂ ਪੇ ਕਰ ਦਿੱਤੇ ਅਤੇ ਗਾਣਾ ਸਾਡੇ ਕੋਲ ਟਾਈਮ ਘੱਟ ਸੀ, ਅਸੀਂ ਕਰ ਨਹੀਂ ਪਾਏ, ਕਾਫੀ 6-7 ਮਹੀਨੇ ਲੱਗੇ ਰਹੇ ਉਹ ਨਹੀਂ ਗੱਲ ਬਣੀ ਜਾਂ ਨਹੀਂ ਗਾਣਾ ਕਰ ਪਾਇਆ, ਮੈਂ ਆਪਣੇ ਪ੍ਰੋਗਰਾਮਸ ਵਿੱਚ ਸ਼ੋਜ਼ ਵਿੱਚ ਲੱਗਾ ਰਿਹਾ, ਪਰ ਉਸ ਮੁੰਡੇ ਨੇ ਇੱਕ ਵਾਰੀ ਨਹੀਂ ਆਖਿਆ ਜੀ, ਉਹਨੇ ਸਿਰਫ ਇੰਨਾ ਕਿਹਾ ਭਾਅ ਜੀ ਜਦੋਂ ਤੁਸੀਂ ਵਿਹਲੇ ਹੋ ਗਏ ਆਰਾਮ ਨਾਲ ਗਾਣਾ ਕਰਦੇ ਹੋ ਤੁਹਾਡਾ, ਤੇ ਏਦਾਂ ਦੇ ਬੰਦਿਆਂ ਨਾਲ ਮੇਰੀ ਯਾਰੀ ਬਹੁਤ। ਹੁਣ ਜਿੱਦਾਂ ਆਹ ਜਿਹੜਾ ਸ਼ੋਅ ਹੋ ਰਿਹਾ ਜੀ 4 ਨਵੰਬਰ ਨੂੰ ਜੀ ਰਿਸੈਪਸ਼ਨ ਐਟ ਸਫਾਇਰ ਦੇ ਵਿੱਚ, ਇਹ ਜਿਹੜਾ ਸ਼ੋਅ ਕਰਵਾ ਰਿਹਾ ਮੁੰਡਾ ਰੂਹਾਨੀ ਤਾਰਾ ਰੈਕਟਸ ਵਾਲਾ, ਉਹ ਮੇਰਾ ਛੋਟਾ ਭਰਾ ਹੈ, ਬਿਲਕੁਲ ਉਹਨੂੰ ਮੈਂ ਹੱਥਾਂ 'ਚ ਪਾਲਿਆ, ਔਰ ਮੇਰਾ ਅਤੇ ਉਹਦਾ ਘਰ ਬਿਲਕੁਲ ਸਾਹਮਣੇ ਹੈ ਜਲੰਧਰ, ਅਰੁਣ ਜੀ ਹੈ ਨਾ ਏ ਜੀ ਜਿਹੜਾ ਢੋਲ ਵੀ ਵਜਾਉਂਦਾ, ਹੀ ਇਜ਼ ਵੈਰੀ ਨਾਈਸ ਪਰਸਨ, ਬਟ ਉਹਨੂੰ ਮੈਂ ਦੋਸਤ ਘੱਟ ਐਜ਼ ਏ ਬੱਚੇ ਵਾਂਗੂ ਜ਼ਿਆਦਾ ਪਿਆਰ ਕਰਦਾ, ਕਿਉਂਕਿ ਉਹਨੂੰ ਮੈਂ ਹੱਥਾਂ 'ਚ ਪਾਲਿਆ, ਮੇਰੇ ਹੱਥਾਂ 'ਚ ਪਲਿਆ ਉਹ, ਉਹਦੇ ਨਾਲ ਬੜਾ ਪਿਆਰ ਹੈ, ਔਰ ਉਹਦੇ ਜੀਜਾ ਜੀ ਨੇ ਅਜੇ ਪਥੇਜਾ ਸਾਹਿਬ, ਉਹਨਾਂ ਨਾਲ ਸਾਡਾ ਬੜਾ ਪਿਆਰ ਹੈ। ਉਸ ਤੋਂ ਬਾਅਦ ਜਸਮੀਤ ਸਹਿਗਲ ਸਾਹਿਬ ਨੇ, ਹੈਰੀ ਬਹੁਤ ਨਾਈਸ ਪਰਸਨ ਹੈ, ਹੈਰੀ ਬਾਜਵਾ ਕਮਾਲ ਹੀ ਆਦਮੀ ਹੈ, ਕਮਾਲ ਹੀ ਆਦਮੀ, ਮਤਲਬ ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜਾ ਤੁਹਾਨੂੰ ਬੁਲਾਉਂਦਾ ਹੈ ਆਸਟ੍ਰੇਲੀਆ ਜਾਂ ਕਿਤੇ ਵੀ, ਉਹ ਬੰਦਾ ਫਿਰ ਥੋੜ੍ਹਾ ਜਿਹਾ ਇੱਦਾਂ ਵੀ ਰਹਿੰਦਾ, ਭਾਅ ਜੀ ਇੱਥੇ ਨਹੀਂ ਜਾਣਾ, ਭਾਅ ਜੀ ਇੱਦਾਂ ਨਹੀਂ ਕਰਨਾ, ਭਾਅ ਜੀ ਉਹ ਨਹੀਂ, ਭਾਅ ਜੀ ਆਪਾਂ ਇੱਧਰ, ਇਹ ਬੱਚੇ ਜਿਹੜੇ ਨੇ ਦਿਲਾਂ ਇੱਕ ਦਿਲ ਜੁੜੇ ਪਿਆਰ, ਬਹੁਤ ਪਿਆਰੀਆਂ ਦੋ ਜਿਹੜੇ ਬੱਚੇ ਨੇ, ਜਿਵੇਂ ਆਪਣਾ ਅਰੁਣ ਹੈ ਅਤੇ ਹੈਰੀ ਹੈ, ਇਹ ਮੈਨੂੰ ਇੱਦਾਂ ਟ੍ਰੀਟ ਕਰ ਰਿਹਾ ਵੀ ਜਿੱਦਾਂ ਸਾਡਾ ਵੱਡਾ ਭਰਾ ਆਇਆ, ਅਤੇ ਜਿੱਦਾਂ ਉਹਨੇ ਕਹਿਣਾ ਸੀ ਉੱਦਾਂ ਕਰਨਾ, ਮੈਨੂੰ ਬੜਾ ਅੱਛਾ ਲੱਗ ਰਿਹਾ, ਬਿਲਕੁਲ ਜੀ, ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ 'ਚ। ਸਾਡੇ ਵਾਸਤੇ ਵੀ ਹੋਰ ਮਾਣ ਵਾਲੀ ਗੱਲ ਆ ਕਿ ਜਦੋਂ ਇੰਨਾ ਮਿਆਰੀ ਸ਼ੋਅ, ਕਿਉਂਕਿ ਮੈਲਬਰਨ ਹਮੇਸ਼ਾ ਹੀ ਜਾਣਿਆ ਜਾਂਦਾ ਮੇਲਿਆਂ ਦਾ ਸ਼ਹਿਰ ਕਰਕੇ, ਪਰ ਉਸ ਮੇਲਿਆਂ ਦੇ ਵਿੱਚ ਇੱਕ ਜਿਹੜਾ ਇਹ ਨਵਾਂ ਫਲੇਵਰ ਆ, ਇੱਕ ਉਹ ਰੂਹਾਨੀ ਚੀਜ਼ਾਂ, ਉਹ ਕਲਾਸੀਕਲ ਚੀਜ਼ਾਂ, ਉਹ ਸੂਫੀ ਦੀ ਗੱਲ ਅਸੀਂ ਗੱਲ ਕਰਦੇ ਹਾਂ, ਪਰ ਜਦੋਂ ਸੂਫੀ ਨੂੰ ਅਸੀਂ ਆਹਮੋ ਸਾਹਮਣੇ ਬਹਿ ਕੇ ਸੁਣਨਾ, ਤੁਸੀਂ ਉਹ ਲਫਜ਼ਾਂ ਨੂੰ ਮਹਿਸੂਸ ਕਰਨਾ, ਤੁਸੀਂ ਉਹ ਵਾਈਬਸ ਜਿਹੜੀਆਂ ਨੇ, ਵਾਈਬ੍ਰੇਸ਼ਨ ਜਿਹੜੀਆਂ, ਜਦੋਂ ਕਨੈਕਟੀਵਿਟੀ ਹੋਣੀ ਆ, ਤਾਂ ਤੁਸੀਂ ਉਹ ਚੀਜ਼ ਨੂੰ ਇੱਕ ਡਿਫਰੈਂਟ ਤਰੀਕੇ ਨਾਲ ਫੀਲ ਕਰੋਗੇ। ਪਰ ਸਾਡੀ ਗੁਜ਼ਾਰਿਸ਼ ਫਿਰ ਉਹੀ ਹੈ ਕਿ ਪਲੀਜ਼ ਬੀ ਔਨ ਟਾਈਮ ਸ਼ੋਅ, ਤਾਂ ਜੋ ਅਸੀਂ ਪ੍ਰੋਪਰ ਉਹਦਾ ਆਨੰਦ ਮਾਣ ਸਕੀਏ, ਇੱਕ ਇੱਕ ਚੀਜ਼, ਇੱਕ ਇੱਕ ਗੱਲ ਸੁਣਨ ਵਾਲੀ। ਭਾਅ ਜੀ ਉਹਨਾਂ ਦੇ ਗੀਤ ਤਾਂ ਬਾ ਕਮਾਲ ਨੇ, ਪਰ ਇਹਨਾਂ ਦੇ ਗੱਲਾਂ ਵੀ ਬਾ ਕਮਾਲ ਨੇ, ਅੱਜ ਕੱਲ੍ਹ ਤਾਂ ਗੀਤਾਂ ਦੀ ਗੱਲ ਕੀ ਹੈ। ਮੈਂ ਦੇਖੋ ਕੈਸੀ ਗੱਲ ਹੈ ਭਾਅ ਜੀ, ਹਾਂਜੀ, ਮੈਂ ਗਾਣਾ ਨਾ ਵੀ ਕਰਾਂ ਨਾ ਕਿਸੇ ਸਾਲ ਜਾਂ ਨਾ, ਅਤੇ ਮੈਂ ਵੈਸੇ ਹੀ ਚਰਚਾ 'ਚ ਬੜਾ ਰਹਿੰਦਾ, ਕੰਟਰਵਰਸੀਆਂ ਜਿਹੜੀਆਂ ਨਾ ਇਹ ਮੈਂ ਨਹੀਂ ਕਰਦਾ। ਅੱਛਾ, ਅੱਜ ਕੱਲ੍ਹ ਉਹ ਜਿਹੜੇ ਫੇਸਬੁੱਕ 'ਤੇ ਪੇਜਿਸ ਬਣੇ ਨੇ ਲੋਕਾਂ ਦੇ, ਬੱਚਿਆਂ ਦੇ, ਜਾਂ ਜਿਹੜੇ ਆ ਮੁੰਡੇ ਆਪਣੇ ਇੱਧਰ ਵੀ ਰਹਿੰਦੇ ਨੇ, ਫੋਰਨ ਕੰਟਰੀਜ਼ ਵਿੱਚ ਵੀ ਰਹਿੰਦੇ ਨੇ, ਉਹਨਾਂ ਦਾ ਕੰਮ, ਜਿਹਨਾਂ ਕੋਲ ਕੰਮ ਨਹੀਂ ਹੈ, ਉਹਨਾਂ ਕੋਲ ਸਿਰਫ ਇਹ ਕੰਮ ਹੈ ਕਿ ਉਹਨਾਂ ਨੇ ਇੱਕ ਪੇਜ ਬਣਾਉਣਾ ਹੁੰਦਾ ਅਤੇ ਉਹਦਾ ਨਾਂ ਰੱਖਣਾ ਹੁੰਦਾ, ਜਿੱਦਾਂ ਚਾਚਾ ਚਤਰਾ ਜਾਂ ਇੱਦਾਂ ਕੁਛ, ਇੱਦਾਂ ਦੇ ਨਾਂ ਰੱਖ ਕੇ ਉਹਨਾਂ ਨੇ ਨਾ ਕੋਈ ਵੀ ਵੀਡੀਓ ਲੈਣੀ, ਆਪਣੇ ਕੋਲੋਂ ਹੀ ਕੁਛ ਨਾ ਕੁਛ ਜੋੜ ਕੇ, ਬੋਲ ਕੇ, ਲਿਖ ਕੇ, ਉੱਥੇ ਵੀ ਥੋੜ੍ਹਾ ਇੰਟਰਸਟਿੰਗ ਜਿਹਾ ਬਣ ਜਾਵੇ ਅਤੇ ਬਸ ਉਹ ਵੀਡੀਓ ਪਾ ਦੇਣੀ, ਬਿਲਕੁਲ ਹੁੰਦਾ ਕੁਛ ਵੀ ਨਹੀਂ, ਹੈ ਨਾ। ਅਤੇ ਚਲੋ, ਮਾਲਕ ਉਹਨਾਂ ਨੂੰ ਤੰਦਰੁਸਤੀ ਬਖਸ਼ੇ, ਨਾਲੇ ਉਹਨਾਂ ਨੂੰ ਕੰਮ ਦੇਵੇ, ਕਿਉਂਕਿ ਜੇ ਉਹਨਾਂ ਨੂੰ ਕੰਮ ਮਿਲੂਗਾ ਫਿਰ ਇੱਦਾਂ ਦੀਆਂ ਚੀਜ਼ਾਂ 'ਚ ਉਹਨਾਂ ਦਾ ਧਿਆਨ ਘੱਟ ਜਾਂਦਾ। ਅਤੇ ਚਲੋ ਫਿਰ ਵੀ ਭਾਈ, ਜਦੋਂ ਵੇਖੋ ਅਸੀਂ ਗੱਲ ਕਰਦੇ ਸੀ ਆਫ ਕੈਮਰਾ ਵੀ, ਹਮੇਸ਼ਾ ਹੀ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਗਾਇਕੀ ਦੀ ਗੱਲ ਆਉਂਦੀ ਆ ਜੀ, ਫਿਰ ਕੁਛ ਘਰਾਣੇ ਅਜਿਹੇ ਨੇ ਜੀ, ਜਿਵੇਂ ਤੁਸੀਂ ਇਕੱਲੇ ਗਾ ਨਹੀਂ ਰਹੇ, ਤੁਸੀਂ ਇਹ ਨਹੀਂ ਕਹਿ ਸਕਦੇ ਤੁਸੀਂ ਗਾ ਰਹੇ ਹੋ, ਤੁਸੀਂ ਇੱਕ ਲੈਗਸੀ ਅੱਗੇ ਲੈ ਕੇ ਜਾ ਰਹੇ ਹੋ। ਜਿਹੜੇ ਪੂਰਨ ਸ਼ਾਹ ਕੋਟਿਆਂ ਦਾ ਨਾਂ ਲੈਂਦੇ ਹਾਂ ਤਾਂ ਮੇਰੇ ਖਿਆਲ 'ਚ ਇੱਕ ਉਹ ਅਦਬ, ਇੱਕ ਸਲੀਕਾ ਵੈਸੇ ਤੁਹਾਡੇ ਆ ਜਾਂਦਾ, ਅਤੇ ਤੁਸੀਂ ਉਹ ਚੀਜ਼ ਕੈਰੀ ਕਰ ਰਹੇ ਹੋ। ਤੁਸੀਂ ਇੱਕ ਤਾਂ ਨਾਲ ਸੁਰ ਲੈ ਕੇ ਜਾ ਰਹੇ ਹੋ, ਤਾਲ ਲੈ ਕੇ ਜਾ ਰਹੇ ਹੋ, ਮਿਊਜ਼ਿਕ ਲੈ ਕੇ ਜਾ ਰਹੇ ਹੋ, ਇੱਕ ਉਹ ਜਿਹੜਾ ਤੁਹਾਡਾ ਮਿਲਣਾ ਇੱਕ ਦੂਜੇ ਨੂੰ ਪਿਆਰ ਨਾਲ, ਪਾਇਸਾ ਸੀ, ਇਹ ਚੀਜ਼ਾਂ ਮੇਰੇ ਖਿਆਲ 'ਚ ਅੱਜ ਦੀ ਕੁਛ ਗਾਇਕੀ 'ਚੋਂ ਮਿਸ ਵੀ ਨੇ, ਜਿਹੜੀਆਂ ਬਹੁਤ ਜ਼ਿਆਦਾ ਮਿਸ ਹੈ। ਹਾਂ, ਅਦਬੋ ਅਦਾ ਬਹੁਤ ਜ਼ਰੂਰੀ ਹੈ, ਬਿਲਕੁਲ। ਉਹ ਕਹਿੰਦੇ ਨੇ ਕਿ
बेसुरा चल जाता है पर बेअदबा नहीं चलता, नहीं चलता। अदब बहुत जरूरी है ना जी। अदब अदब नालों वड्डी चीज दुनिया च कोई नहीं, तुसी किते भी चल जाओ अदब दी बहुत जरूरत है जी। हुण गोरे सानू मिलदे हां जी, असी जानदे ही नहीं हुंदे उहनूं, कई वारी लंघी जाई ते कोलों दी जदों लंघदे आ ते हैलो गुड मॉर्निंग, हैलो गुड इवनिंग, आफ्टरनून, हाउ आर यू, इदां इन्ने प्यार नाल गल करदे बंदा खुद ही उहनां कहिंदा सति श्री अकाल जी, बहुत चंगा लग्गिया जी, है ना, अच्छा लग्गिया बिल्कुल। ते साडे तां अपने कोलों दी लंघे जाण लो मास्टर सलीम जांदा मतलब है तो वह भी प्यार ही करते पर ज्यादा प्यार खड़वा वो वाला प्यार करते जो जिन्हों बाद कहते गल की गल की क्यों इदा भाई जो गल असी प्यार की करते हैं अदब की करते हैं हाँ जो गल गायकी की करते हैं सूफी की करते हैं जी। फिर तुम अजे एक गायक सी 7 साल की उम्र तुम पहला गाना गाता, 10 साल की उम्र पहली एल्बम लैके आए हाँ जी। तो वह कैसेट ऐसी सी तुहाडी चरखे दी कूक बिल्कुल, वो कैसेट ऐसी सी कि उस एज विच मेरे ख्याल च बच्चा चंगी तरह गल्लां करना सिखदा जी, ते वो जिहड़ा उहदे विच प्रोनंसिएशन आ जिहड़ा मतलब म्यूजिक दी पकड़ आ वो किद्दां गुड़ती कित्थों मिल गई तुहानू? एक्चुअली साडा सारा परिवार ना भाजी वो म्यूजिक ना वावस्ता है, म्यूजिक ना रिलेटेड है। मेरे दादा जी गाउंदे सी, मेरे डैडी गाउंदे ने, मैं गाना है ना, मेरे पड़दादा जी गाँवते साडा टब्बर ही सारा, असी है मीरजादे जी, बाबा मरदाना जी दे असी बच्चे हैं बिल्कुल, है ना। और मैनू इस गल का बड़ा माण है कि श्री गुरु नानक देव जी महाराज पहली पातशाह उन्होंने आशीर्वाद हमेशा साडे नाल है, है ना। और इस गल का बड़ा माण भी है कि साडे बजुर्ग भी उन्होंने नाल तुरे फिरते रहे ने जिन्हां दे करके सानू म्यूजिक मिलिया बाबा जी तो, बाबा नानक जी तो, गुरु नानक देव जी महाराज जी तो, और ये उन्हां दी ही कृपा है ना। ते ये कृपा चलती आ रही है, म्यूजिक ऐसा उन्होंने आशीर्वाद दिता है कि वह म्यूजिक हर मीर आलम दे खून में है। तो मेरे भी इदा ही है, मेरे पापा, मेरे दादा, मेरा पड़दादा, मेरा लक्कड़ दादा बिल्कुल। और तुहानू पता मैनू मेरे इनू कहिंदे आ जिहड़ा तुहानू याद होवे जिदा मैं सलीम हाँ, सिजरा भी कह दिंदे आ, सिजरा कहिंदे इनू सिजरा जी। मैं सलीम, मेरा प्यो पूरन शाह कोठी, पूरन शाह कोठी जी का प्यो निरंजन दास, निरंजन दास का प्यो सरदारा राम, सरदारा राम का प्यो सुल्ला, सुल्ले का प्यो मोती, मोती का प्यो करमदीन, करमदीन का प्यो मदारी, मदारी का प्यो, मतलब इदा ये याद चाहिए बिल्कुल। तुम अजकल के न्याणे पुछो तेरे डैडी का कि नाम, मेरे डैडी का, तेरे दादे दादे दा हाँ पड़दादे का, पड़दादे का ना ही नहीं याद होंगे, ये सरना सिजरा चाहिए बिल्कुल। मैनू याद है, मैनू ये भी याद है कि मैं कहता मैं हंस भाई का शगिर्द हाँ, सलीम जी मेरे उस्ताद हंसराज हंस, हंसराज हंस जी के उस्ताद मेरे डैडी बिल्कुल, शाहकोटी साहब, शाहकोटी साहब के उस्ताद जनाब उस्ताद बाकर हुसैन खान साहब, उस्ताद बाकर हुसैन खान साहब के उस्ताद जनाब नज़ाकत अली फतेह अली खान साहब, जनाब फतेह अली खान साहब के उस्ताद बड़े गुलाम अली खान साहब, ये जरूर होना चाहिए यार, इन्हें कहते उस्ताद नाम आ बिल्कुल जी। यही गल मैं कर रहा सी ना कि तुसी कल्ला गायकी नहीं लेके जा रहे, तुसी एक तहजीब लेके जा रहे हो, आने वाली पीढ़ी नूं दस रहे हो कि असी आ पीढ़ी चलती पई इतों, असी ये नहीं कि असी अपनी मर्जी ना गाता, साढ़े तो जिम्मेवारी आ, गो एक सिल्वर स्पून नहीं, तुसी तुहाडी जिम्मेवारी है नाल। भाजी सानू स्पून मिलिया ही नहीं, हुण तां जिहड़े बच्चे जमदे ने हुण तुसी इन्नियां सोहणियां सोहणियां कंट्रियां च सैट हो जी, वाहिगुरू की बड़ी कृपा, होना भी चाहिए, पर हुण दे जिहड़े बच्चे आ ओह गोल्डन स्पून लैके पैदा हो रहे हैं बिल्कुल। साढ़े वारी स्पून खरे महाराज ने कितने लुको लुको दिता सी, सानू स्पून नहीं मिलिया, सानू कसुन मिले आ अच्छे अच्छे सानू, पर सानू जिहड़ियां चीज़ां सानू मिलिया ना, मैनू लगता कि असी सब तो ज़्यादा लक्की हाँ बिल्कुल, क्योंकि सानू माँ प्यो की मार मिली है, तो जिन्हों माँ प्यो की मार मिली हो, जिन्हें अपने माँ प्यो दियाँ जुत्तियाँ खादियाँ होन, वह कहें माँ प्यो दियाँ गालां घ्यो दियाँ नालां बिल्कुल, जिन्हें अपने प्यो की जुत्ती खाधी हो भाजी स्वाद आ जाता है बिल्कुल जी। एक याद आ गया साडा एक आबशार कराया उ मैम ने एक बड़ी गल ये कही हाँ। कि अजकल के जोड़े बच्चे ना उन्होंने सारा कुछ मिल रहा, असं जदों पढ़े ना अं छत्र थले तो छत्र थले पढ़े बिल्कुल, सू दोवें चीज़ा मिली भाजी जरूरी भी मेरे मेरे डैडी जी उस्ताद पूरन शाह कोठी साहब
हंसराज हंस जी के उस्ताद ने, जसबीर जस्सी के उस्ताद ने, साबर कोटी साहब के उस्ताद ने, वड्डे वड्डे लोगों के उस्ताद है ना जी। मेरे वो उस्ताद भी ने ते फादर भी ने, है ना जी। ते मैं तो डबल जुत्तियां पईयां ना, एक उस्ताद तो भी ते एक फादर तो भी, पर मैं ये बड़ा मैं शुक्रगुजार हाँ अपने फादर साहब का कि मैं जो कोई कहता ना कि धार्मिक गाना सुना दे जी। मैं वह भी सुना दिना। जे कोई मैंने कहना श्री गुरु नानक देव जी महाराज का शब्द सुना दे जी। मैं वह भी सुना दिना। जे मैं कहता कोई भोलेनाथ महाराज का भजन सुना दो मैं वह भी सुना दिना। मैं जो कोई कहता भेट सुना दो माता राणी की मैं वह भी सुना दिना। मैं जो कोई कहता कोई लिटरेरी गाना सुना दो तो मैं शिव कुमार बटालवी साहब का भी सुना दिना। मैं जो कोई कहता कवाली सुना दो तो मैं फिर वो ख्वाजा गरीब नवाज साहब की कवाली भी सुना दिना। जे मैं कह दिता कोई कि तुम छंद परागे आइए जाइए छंद परागे गाना जिन्हों छंदाबंदी कहते हैं वो सुना दो टाइप किसी चलो की कहना पर छंद डेढ़ छंद सवाया छंद ये भी बड़िया चीजा ने बोलियां फोक च की है अजे बड़ा कुछ पे वीरे अजे तो पता ही नहीं अजे तो जो कोखी है तो जो सा पंजाबी विरसा है ना उदे जिन्ना अमीर विरसा ही कोई नहीं। तो मैनू मेरे डैडी ने जाणू करवाया हर चीज़ तो कि आ चीज़ इदा आ इदा आ इदा इदा कितने कोई बजुर्ग बैठे हूँ तुम फरमैश पा दें भी भाई तू सू कुछ सूफी सुना दे जी। जे तू आ ही ना हो कि सुनाओगे बिल्कुल हूँ मैं जे कोई कहना ना भंगड़े वाला गाँव सुना तो मेरा ढोल जगीरो हों तैयार सही गल है। जे मैं कहना कोई सैड सोंग सुना दो सैड सोंग तो साढ़े वैसे बड़े चले हैं अज तक बाबे की इन्नी बख्शिश है कि तुहानू जिहड़ी बुलंदी है वो दिन बा दिन तुहाड़ी उताह वाल जारी ते असीं होर माण महसूस करदे हां जी जी ते मैं ना कि चरखे दी कू प्लीज एक दिली इच्छा मैं सुना दना। मेरे दिल विचों उठ दिए हूक मेरे दिल विचों उठ दिए हूक माया मैनू याद आवदा सुन चरखे दी मिठी मिठी कूक माया मैनू याद आउंदा मेरे दिल विचों उठ दी कूक माया मैनू याद आउंदा सुन चरखे दी मिठी मिठी कू। वाह वाह क्या बात है भाजी फील कर सकते हैं असी जो वाइब्स की गल कर रहे थे वाइब्स की दोस्तों कल यहो जी चीज़ा तुम सुनिया जिड़ियाँ तुम सिर्फ कैसटा ने सुनिया पर कल बह के जो असी एक माहौल एक शाम इन्नी वधिया होनी है प्लीज़ जेकर तुहाड़ा कल का कोई भी रुझान हैगा तो उसनू तुसी पोस्टपोन करके कल दियां टिकट्स प्लीज़ कन्फर्म करो बी ऑन टाइम फैमिली शो आ बच्चों नू लैके आओ बजुर्गों नू लैके आओ सारियां नू तां जो असी रल मिल के अजिहा शो जिहड़ा वा एक वो चीज़ नू फील कर सकीए सिर्फ वो नहीं कि असी एक एक गीत नहीं है कि एक गीत गाता पर उहदे नाल जो तुसी फील करोगे तुहानू बहुत कुछ यादा तुहाडे बचपन दियां यादा तुसी जो असी साड़ी परंपरा आ जो असी आप लिटरेचर की गल करते हैं जो असी कल्चर की गल करते हैं वो सारा कुछ एज ए कॉम्बो सलीम हुणी कल तुहाडे वास्ते लैके आए हैं। सो प्लीज़ टिकट्स जिहड़ियां ने वो टिकट्स अपनियां ईवन बॉक्स से कन्फर्म कर सकते हो सारा कुछ ऑर्गनाइज कर रहे हैं साडा बहुत प्यारे वीर अरुण भाजी साडा हैरी बाजवा जसमीत भाजी। जेकर कोई इनकुआरी होवे तुसी टीम मैंबर नाल डायरेक्ट फोन कर सकते हो जां पंजाब दी टीम दे किसी मैंबर नाल कॉल करके किसी तरह इनकुआरी होवे प्लीज़ वी आर मोस्ट वेलकम ते ऑल टाइम अवेलेबल आ। टाइम जिहड़ा वो 6:30 आ बैंग होम दे विच जिहड़ा रिसेप्शन एट सफायर सो प्लीज़
ਜੇਕਰ ਤੁਹਾਨੂੰ ਕੱਲ ਦੇ ਰਿਗਾਰਡਿੰਗ ਟਿਕਟਸ ਦੇ ਰਿਗਾਰਡਿੰਗ ਕੋਈ ਵੀ ਪ੍ਰੋਬਲਮ ਆਵੇ ਜਾਂ ਤੁਹਾਨੂੰ ਲੱਗਦਾ ਕਨਫਰਮੇਸ਼ਨ ਕਿੱਦਾਂ, ਡੋਂਟ ਹੈਜ਼ੀਟੇਟ ਟੂ ਕੰਟੈਕਟ ਕਰੋ, ਟਿਕਟ ਕਨਫਰਮ ਕਰੋ। ਅਸੀਂ ਚਾਹੁੰਦੇ ਹਾਂ ਕਿ ਜੇ ਅਸੀਂ ਕੱਲ ਸ਼ੋਅ ਖੜ ਕੇ ਵੀ ਵੇਖਣਾ ਪਵੇ ਟਿਕਟਸ ਤੋਂ ਬਾਅਦ ਵਿੱਚ, ਤਾਂ ਉਹ ਵੀ ਸਾਡੇ ਵਾਸਤੇ ਇੱਕ ਬਹੁਤ ਮਾਣ ਵਾਲੀ ਗੱਲ ਹੋਊਗੀ। ਭਾਅ ਜੀ ਕਮੈਂਟਸ ਦੇ ਥਰੂ ਸਾਡੇ ਨਾਲ ਬਹੁਤ ਜੁੜ ਰਹੇ ਨੇ, ਛੋਟੀ ਬ੍ਰੇਕ ਲੈਣੀ ਹੈ ਆਪਾਂ, ਉਸ ਤੋਂ ਬਾਅਦ ਅਤੇ ਫਿਰ ਅਸੀਂ ਹੋਰ ਗੱਲਾਂ ਬਾਤਾਂ ਕਰਾਂਗੇ ਤੁਹਾਡੀ। ਅਸੀਂ ਚਾਹੁੰਦੇ ਹਾਂ ਕਿ ਸਾਡਾ ਨਾ ਇੱਕ ਬੀਇੰਗ ਲਵ ਦੈਟ। ਥੈਂਕ ਯੂ ਭਾਅ ਜੀ, ਥੈਂਕ ਯੂ। ਸਾਡੇ ਹਰਪ੍ਰੀਤ ਭੁੱਲਰ ਭਾਅ ਜੀ, ਵਾਸਤਾ ਜੀ, ਵੈਲਕਮ ਟੂ ਆਸਟ੍ਰੇਲੀਆ। ਬਿਲਕੁਲ ਜੀ, ਜੀਤ ਸੰਧੂ ਭਾਅ ਜੀ ਵੇਖ ਰਹੇ ਨੇ, ਜੀਤ ਸੰਧੂ ਭਾਅ ਜੀ ਜਿਹੜੇ ਸਾਡੇ ਮਿਸਟਰ ਸ਼ੁਦਾਈ ਦੇ ਲਿਰਿਸਿਸਟ ਨੇ। ਹਾਂਜੀ ਹਾਂਜੀ, ਉਹ ਵੀ ਕੱਲ੍ਹ ਬੜੀ ਪਿਆਰੀ ਰੂਹ ਹੈ ਸਾਡੀ ਉਹ ਵੀ। ਅਤੇ ਬਾਕੀ ਜੀ ਸੰਧੂ ਕਹਿ ਰਹੇ ਨੇ ਬਹੁਤ ਵਧੀਆ ਜੀ, ਬਾ ਕਮਾਲ ਗੱਲਬਾਤ। ਬਿਲਕੁਲ ਸੰਧੂ ਸਾਹਿਬ, ਅਸੀਂ ਇੱਥੇ ਫੀਲ ਕਰ ਰਹੇ ਹਾਂ ਜੀ ਬੈਠ ਕੇ। ਅਰਸ਼ ਬੋਪਾਰਾ ਜੀ ਕਹਿ ਰਹੇ ਨੇ ਵੈਲਕਮ ਟੂ ਆਸਟ੍ਰੇਲੀਆ ਭਾਅ ਜੀ, ਬਹੁਤ ਵਧੀਆ ਗੱਲਬਾਤ। ਗੁਰਵਿੰਦਰ ਲੋਹਾਮ ਜੀ ਕਹਿ ਰਹੇ ਹਨ ਕਿ ਵਾਹ ਸਲੀਮ ਸਾਹਿਬ। ਸਿੰਘ ਵਿੱਕੀ ਵੀ ਭੇਜ ਰਹੇ ਨੇ, ਤੁਹਾਨੂੰ ਥੈਂਕਸ ਕਰ ਰਹੇ ਨੇ ਜੀ। ਦਲਜੀਤ ਸਿੰਘ ਕਹਿ ਰਹੇ ਨੇ, ਪੂਰਨ ਸ਼ਾਹ ਕੋਟੀ ਜੀ, ਦਰਵੇਸ਼ ਗਾਇਕ ਜਿਨ੍ਹਾਂ ਦੀ ਗਾਇਕੀ ਦੇ ਅਨਮੋਲ ਹੀਰੇ ਤਰਾਸ਼ੇ। ਬਿਲਕੁਲ ਭਾਅ ਜੀ, ਇਹ ਗੱਲਾਂ ਅਸੀਂ ਆਪ ਸਹਿਮਤ ਹਾਂ ਜੀ। ਜੇ ਨਾ ਲਈਏ ਉਹਨਾਂ ਦੇ ਸ਼ਾਗਿਰਦਾਂ ਦੇ, ਤਾਂ ਫਿਰ ਮੇਰੇ ਖਿਆਲ ਉਹਨਾਂ ਦੇ ਸ਼ਾਗਿਰਦ ਜਿਹੜੇ ਆ ਨਾ, ਉਹ ਵੀ ਕਿੱਥੇ ਕਿੱਥੇ ਆ, ਅਤੇ ਫਿਰ ਜਿਹੜੇ ਉਸਤਾਦ ਹੋ ਤਾਂ ਉਸਤਾਦ ਲੋਕ ਨੇ, ਉਹ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ। ਭਾਅ ਜੀ ਗੱਲਾਂ ਬਾਤਾਂ ਅਸੀਂ ਕਰ ਰਹੇ ਸੀ ਸੂਫੀ ਦੀਆਂ, ਗੱਲਾਂ ਬਾਤਾਂ ਕਰ ਰਹੇ ਸੀ ਗਾਇਕੀ ਦੀਆਂ ਜੀ। ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਕਿ ਜਿਹੜੀ ਆਪਾਂ ਗੁੜਤੀ ਦੀ ਗੱਲ ਚੱਲੀ ਸੀ, ਉਹ ਤਾਂ ਮੇਰੇ ਖਿਆਲ 'ਚ ਪੀੜ੍ਹੀਆਂ ਤੋਂ ਪੀੜ੍ਹੀਆਂ ਅੱਗੇ ਆ ਰਹੀ ਹੈ, ਅਤੇ ਉਹਦੇ 'ਚ ਮਿਠਾਸ ਜਿਹੜੀ ਆ ਹੋਰ ਵੱਧਦੀ ਜਾ ਰਹੀ ਹੈ ਜੀ। ਜਿਹੜਾ ਕੱਲ੍ਹ ਦਾ ਸ਼ੋਅ ਆ ਉਹਦੇ 'ਚ ਕੀ ਫਲੇਵਰ ਆ, ਉਹਦੇ ਦਾ ਸ਼ੋਅ ਤਾਂ ਜਿਹੜਾ ਦਾ ਰੀਅਲ ਸੂਫੀ ਟੂਰ ਆ। ਹਾਂਜੀ, ਉਹ ਮੈਨੂੰ ਵੀ ਪਤਾ ਕਿ ਇੱਕ ਤੁਹਾਡੀ ਇੱਕ ਕੈਸਟ ਆ ਰਹੀ ਜਿਹੜੀ ਸੂਫੀ ਨਾਲ ਰਿਲੇਟਡ ਸਾਰਾ ਕੁਛ, ਉਹ ਵੀ ਇੱਕ ਗਿਫਟ ਮਿਲ ਰਿਹਾ। ਪਰ ਕੱਲ੍ਹ ਦੇ ਸ਼ੋਅ ਦੇ ਵਿੱਚ ਕੀ ਕੀ ਫਲੇਵਰ ਆ, ਸਾਨੂੰ ਉਹਦੇ ਬਾਰੇ ਜੂ ਦੱਸੋ। ਕੱਲ੍ਹ ਸ਼ੁਰੂਆਤ ਅਸੀਂ ਕਰਾਂਗੇ ਸੂਫੀ ਤੋਂ ਜੀ। ਸ਼ੁਰੂਆਤ ਸੂਫੀ ਤੋਂ ਹੋਏਗੀ ਜੀ, ਉਸ ਤੋਂ ਬਾਅਦ ਪੰਜਾਬੀ ਗਾਣੇ ਜੀ। ਮੇਰੇ ਗਾਣੇ ਵੀ ਸੂਫੀ ਹੁੰਦੇ, ਬਿਲਕੁਲ, ਜਿੱਦਾਂ ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ, ਸੂਫੀ ਹੈ। ਦੁੱਖ ਦੇਣੀ ਨਹੀਂ ਕਿਹੜਾ ਦੁੱਖ ਦੇਣਾ ਹੀ, ਉਹ ਵੀ ਸੂਫੀ ਟਾਈਪ, ਸੂਫੀ ਟਾਈਪ ਹੀ ਗਾਣੇ, ਉਹ ਵੀ ਗਾਣੇ ਗਾਵਾਂਗੇ। ਫਿਰ ਐਂਡ ਵਿੱਚ ਬਾਲੀਵੁੱਡ, ਜਿਹਨੇ ਨੱਚਣਾ ਉਹ ਵੀ ਨੱਚ ਸਕਦਾ ਹੈ। ਇਹ ਦੋਸਤੋ ਇਕੱਲਾ ਤੁਸੀਂ ਇਹ ਨਾ ਸੋਚੋ ਕਿ ਸ਼ਾਇਦ ਅਸੀਂ ਜਾਣਾ ਅਤੇ ਅਸੀਂ ਬੈਠ ਕੇ ਸੁਣੀਏ ਨਾ, ਬਹੁਤ ਕੁਛ ਆ। ਪਰ ਉਹਦੀ ਰੰਗਤ ਜਿਹੜੀ ਆ, ਉਹ ਜਿਹੜੀ ਆ, ਉਹ ਸ਼ਾਇਰਾਨਾ ਹੋਣੀ ਆ, ਰੰਗਤ ਉਹਦੀ ਸੂਫੀ ਨਾਲ ਰਿਲੇਟਡ ਹੋਣੀ ਆ। ਕਿਉਂਕਿ ਭਾਅ ਜੀ ਉਹਨਾਂ ਦੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗਦੀ, ਭਾਅ ਜੀ ਤੁਹਾਡੀ ਕ੍ਰੈਡਿਟ ਵੀ ਜਾਂਦਾ ਕਿ ਤੁਸੀਂ ਜੋ ਕੁਛ ਗਾਇਆ ਉਹ ਅਜਿਹਾ ਗਾਇਆ ਕਿ ਚਾਹੇ ਤੁਸੀਂ ਮਾਂ ਨਾਲ ਬਹਿ ਕੇ ਸੁਣ ਲਓ, ਚਾਹੇ ਧੀ ਨਾਲ ਬਹਿ ਕੇ ਸੁਣ ਲਓ, ਬਿਲਕੁਲ ਕਿਸੇ ਦੀ ਨਜ਼ਰ ਨੀਵੀਂ ਨਹੀਂ ਹੁੰਦੀ। ਗਾਉਣਾ ਹੀ ਇੱਦਾਂ ਚਾਹੀਦਾ ਭਾਅ ਜੀ, ਇਹ ਥੋੜ੍ਹੀ ਆ ਵੀ ਤੁਸੀਂ ਕੋਈ ਉਹ ਗਾਣਾ ਗਾ ਦਿਓ ਜਿਹੜਾ ਬੰਦਾ ਸਿਰਫ ਮੋਟਰ 'ਤੇ ਜਾ ਕੇ ਇਕੱਲਾ ਹੀ ਸੁਣੇ, ਇੱਦਾਂ ਨਹੀਂ। ਆਪਣਾ ਗਾਣਾ ਉਹ ਗਾਓ, ਉਹ ਸ਼ਾਇਰੀ ਪ੍ਰਮੋਟ ਕਰੋ, ਉਹ ਮਿਊਜ਼ਿਕ ਪ੍ਰਮੋਟ ਕਰੋ ਜਿਹੜਾ ਪਿਆਰ ਵਾਲਾ ਹੋਵੇ, ਜਿਹੜਾ ਸਤਿਕਾਰ ਨਾਲ ਭਰਿਆ ਹੋਵੇ, ਹੈ ਨਾ। ਬਿਲਕੁਲ, ਇਹ ਚੀਜ਼ਾਂ ਜ਼ਰੂਰੀ ਹੈ। ਤੁਹਾਡੀ ਨਜ਼ਰ ਨੀਵੀਂ ਨਾ ਹੋਵੇ ਜੀ, ਤੁਹਾਨੂੰ ਮਾਂ ਵੀ ਬੈਠ ਕੇ ਸੁਣੇ, ਤੁਹਾਨੂੰ ਧੀ ਭੈਣ ਬੈਠ ਕੇ ਸੁਣੇ, ਹੈ ਨਾ, ਜਿਹੜੀਆਂ ਇਹ ਕਹਿ ਕੇ ਜਾਣ ਵੀ ਜਿਉਂਦਾ ਰਹੇ ਪੁੱਤ, ਰੱਬ ਤੈਨੂੰ ਤਰੱਕੀ ਦੇਵੇ, ਬਸ ਇਹ ਅਚੀਵਮੈਂਟ ਹੋਣੀ ਚਾਹੀਦੀ। ਬਿਲਕੁਲ ਜੀ, ਇੱਕ ਇੱਕ ਭਾਅ ਜੀ ਸੋਰੀ, ਮਤਲਬ ਗੁਸਤਾਖੀ ਦੀ ਮਾਫ਼ੀ, ਨਹੀਂ ਨਹੀਂ। ਅਕਸਰ ਕੁਝ ਲੋਕ ਨੇ ਜਿਹੜੇ, ਹਰ ਇੱਕ ਲੋਕ ਨਹੀਂ, ਇੱਕ ਜਦੋਂ ਮੀਰਜ਼ਾਦੇ ਦੀ ਗੱਲ ਕਰਦੇ ਹਾਂ ਜਾਂ ਅਸੀਂ ਮਰਾਸੀ ਦੀ ਯਾਦ ਦੀ ਗੱਲ ਕਰਦੇ, ਲੋਕਾਂ ਦੇ ਦਿਮਾਗ 'ਚ ਇੱਕ ਨਾ ਪਤਾ ਨਹੀਂ ਉਹ ਚੀਜ਼ ਕਿਉਂ ਹੁੰਦੀ ਹੈ। ਹਾਂਜੀ, ਪਰ ਜੇਕਰ ਤੁਸੀਂ ਸਮਝਣ ਵਾਲੇ ਲੋਕ ਜੇ, ਤਾਂ ਇਹ ਗੁਰੂ ਨਾਨਕ ਸਾਹਿਬ ਤੋਂ ਭਾਈ ਮਰਦਾਨਾ ਜੀ ਇਕੱਠੇ ਨੇ। ਜੇ ਰਬਾਬ ਨਾ ਵੱਜਦੀ ਤਾਂ ਉਹ ਮੇਰੇ ਖਿਆਲ 'ਚ ਜਿਹੜਾ ਅਸੀਂ ਅੱਜ ਇੱਕ ਰਾਗਾਂ 'ਚ ਸੁਣ ਸਕਦੇ ਹਾਂ ਨਾ, ਜਿਹੜੀ ਗੁਰਬਾਣੀ ਸਾਡੀ ਰਾਗਾਂ 'ਚ ਉਚਾਰੀ ਜਾਂਦੀ, ਉਹ ਇੱਕ ਉਹ ਇੱਕ ਕੌਂਬੋ ਬਣ ਕੇ, ਇੱਕ ਬਾਬਾ ਜੀ ਦੀ ਜਿਹੜੀ ਜਿਹੜੀ ਇੱਕ ਇੱਕ ਨਾਲ ਚੱਲੇ ਨੇ ਦੋ ਨੇ, ਇੱਕ ਯਾਰਾਂ ਦੋਸਤਾਂ ਵਾਂਗੂ ਵੀ ਰਹੇ ਨੇ, ਇੱਕ ਗੁਰੂ ਚੇਲੇ ਵਾਂਗੂ ਵੀ ਰਹੇ ਨੇ, ਉਹ ਚੀਜ਼ ਜਿਹੜੀ ਜੇ ਆਪਾਂ ਉਹਨੂੰ ਸਮਝ ਲਾਂਗੇ ਤਾਂ ਮੇਰੇ ਖਿਆਲ 'ਚ ਸਾਡੀਆਂ ਸਾਰੀਆਂ ਜਿਹੜੀਆਂ ਸਾਡੇ ਆਸ਼ੰਕਾ ਨੇ, ਸਾਡੀਆਂ ਪ੍ਰਸ਼ਨ ਨੇ, ਉਹ ਖਤਮ ਹੋ ਜਾਂਦੇ। ਬਿਲਕੁਲ ਬਿਲਕੁਲ ਬਿਲਕੁਲ, ਸਮਝਣਾ ਚਾਹੀਦਾ। ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਬਿਲਕੁਲ ਜੀ, ਸਾਡੀ ਕੌਮ ਜਿਹੜੀ ਨਾ ਭਾਅ ਜੀ, ਜਿਹੜੀ ਸਾਡੀ ਬਰਾਦਰੀ ਹੈ, ਜਿਹਨੂੰ ਦਾਦੇ ਵੀ ਕਹਿ ਦਿੰਦੇ ਆ, ਮੀਰ ਆਲਮ ਵੀ ਕਹਿ ਦਿੰਦੇ ਆ, ਮਿਰਾਸੀ ਵੀ ਕਹਿ ਦਿੰਦੇ ਆ, ਮੀਰਜ਼ਾਦੇ ਵੀ ਕਹਿ ਦਿੰਦੇ ਆ, ਹੈ ਨਾ। ਅਤੇ ਉਹ ਜਿਹੜੀ ਕੌਮ ਹੈ ਉਹਨੂੰ ਬਹੁਤ ਵੱਡਾ ਆਸ਼ੀਰਵਾਦ ਹੈ ਗੁਰੂ ਮਹਾਰਾਜ ਵੱਲੋਂ। ਇੱਕ ਤਾਂ ਪਹਿਲੀ ਗੱਲ ਹੀ ਇਹ ਹੈ, ਹੈ ਨਾ, ਸਾਡਾ ਮੁੰਡਾ ਇੱਕ ਰਿਹਾਨ ਖਾਨ ਹੈਗਾ ਸਾਡੇ ਨਾਲ ਆਇਆ, ਉਹ ਬਹੁਤ ਬੋਲਦਾ, ਹੈ ਨਾ। ਅਤੇ ਮੈਂ ਉਹਨੂੰ ਕਿੰਨੀ ਵਾਰੀ ਸਮਝਾਇਆ, ਮੈਂ ਕਿਹਾ ਉਹ ਸਾਡੀ ਬਰਾਦਰੀ ਨੂੰ ਆਸ਼ੀਰਵਾਦ ਐਸਾ ਹੈ, ਤੂੰ ਬੇਟਾ ਥੋੜ੍ਹਾ ਮਤਲਬ
वो बोलिया कर, तोल के बोलिया कर, सोच के बोलिया कर भी की बोलना की नहीं बोलना, है ना। वो उन्हें एवं गल्ला करी ही जानी, बोली ही जाना, बोली जाना। फिर मैं उन्होंने एक दिन एक स्टोरी सुनाई, मैं क्या आप उस घराने तो हाँ, उस फैमिली तो हाँ, उस पूर्वजा के असी बच्चे हैं बेटा, जेडे महाराज के नाल रहे ने, बिल्कुल, जिन्हों ने सिर्फ सुनिया ही है। गुरु महाराज बोलते सी तो वह सुनते होंगे सी, तो उन्होंने रबाब वजाई जाने, है ना। बिल्कुल। तो तू भी बोलना थोड़ा घट कर, नाल मेरा जोश भी हैगा भरा, उन्होंने भी मैं क्या, मैं क्या तू बोलिया कर पर उन्ना बोलिया कर जिन्ना चाहिए, है ना। तो सुनना चाहिए ज़्यादा। मैं इस करके अपनी कहावत दसी है, इस करके अपनी स्टोरी दसी है कि दूसरे की किसी की कोई गल करो तो बंदा गुस्सा भी कर लेंदा, अपन की कर लो कहते कोई नहीं साडा ही है। सो गुरु जी का बहुत आशीर्वाद है, गुरुआ पीर का पैगंबर का बहुत आशीर्वाद है, और हमेशा ही बनया रहा है मीर आलमा के उ बड़ी कृपा होती। बिल्कुल। और एक एक मैनू ना शब्द याद आता कि एक तार पिया छेड़े, एक हाथ चौर फब्बे, क्या बात, मेरे माही दे दो साथी एक सज्जे एक खब्बे, क्या बात है। बाबा मरदाना जी, बाबा बाला जी की गल हो रही सी, ते ओ इस शब्द विच उन्हां दी गल हुई, है ना, माही सच्चे पातशाह ने जी। सो इस कौम नूं होर भी बड़िया चीजा मिलिया ने, हाजिर जवाब बड़े ने। गल की है, जे कोई एक क्लोल करे तो सौ कर दे अगे। हां गायकी दे नाल नाल घर दी गल छेड़ लेंदे किसे दी, चाचा जी मामे दी गल जिहनूं मामे दी गल सीट बेल्ट नहीं लाई, तां कहिंदे मैं, ओह सच्ची गल आ, मैं रेंज रोवर लई नवीं नवीं जी, ते मेरे ख्याल आई थिंक ये गल हैगी 2010-11-12 दी, 10-11 दी, मैं उदो रेंज रोवर लई नवी, ते मेरे नाल मेरा मामा बैठा जी, हुण ओह है नहीं इस दुनिया च, कस्तूरी लाल उहदा नाम सी, ते सानू पुलिस ने रोक लिया। मैं पुछया, मैं कहा भाजी हाँ जी, कहिंदे भाजी तुसी बेल्ट लाई है, इन्हां ने बेल्ट नहीं लाई। ते मैं मामे नूं कहा, मैं कहा मामा बेल्ट नहीं लाई, कहिंदा लै दस शदाई होया। मैं कि चादर कुटदे ना कौन बेल्ट लाउंदा। बड़ा भोला भोला बन गया सुना, मजेदार चीजा भाजी, मजेदार, इना मजेदार चीजा ने जिहड़ियां होनियां चाहीदियां लाइफ च। हुण तुसी देखो जिहड़ा हासा खेडा भी आ, ओह फिर मैं उत्थे गल लै के आ, जिहड़े पेजा पूजा जे वाले हासे खेडे नूं इदां बना के पेश करदे ने कि जिदा बंदे नूं ये लगे भी खरे ये बेइज्जती हो गई आ, अहीं इहदी बेइज्जती कर रहे हैं, पर उन्हां बच्चों उन्हां बेचारों नूं ये नहीं पता कि। फिर मैं उही गल करदा वी तुसी एक कलोल बेटे करदे हो ते असी तां 100 कर दिंदे आ, तुसी 100 करोगे असी लख करांगे, तुसी लख करोगे असी 1.5 करोड़ कर दांगे, पर साडे नालों सुभाअ आ ता साडे नालों ज़्यादा कलोल नहीं तुसी कर सकदे, ये सानू दात है। बिल्कुल। हाँ रमे पै हुंदे, जो मैं कहना सच जानी तेरा नी ख्याल दिलों कढ़ता तेरे कर वाला सी रावी ही ये छड़ता, तू क्यों साढ़े आ रहा च है साढ़े आ रहा दे विच बैन आईए, दुख देनी नहीं केड़ा दुख दे आईए। मतलब जे ये गाना गा रहे हैं तो तुहानू इदां लगूगा जिदा सच्ची सानू बड़ा दुख है। जे असी आ जाने खड़ के स्टेज दे वजा दी देख ढोल सारे रण मिल भंगड़ा ने पाउंदे, करदे ने गल्लां कहिंदे कुड़ी है वजाउंदी ढोल, वेख के हैरान होई जांदे, ओ
ਕੁੜੀਆਂ ਦੇ ਸਿੱਕਲੇ ਨੇ ਢੋਲ ਹੋਣੀ ਯਾਰ ਦੱਸ ਮੁੰਡਿਆਂ ਦਾ ਹੋਊਗਾ ਕਿ ਹਾਲ ਢੋਲ ਜਗੀਰਾਂ ਦਾ ਉੱਥੇ ਤੁਹਾਨੂੰ ਏਦਾਂ ਲੱਗੇਗਾ ਕਿ ਇਹ ਬੰਦਾ ਨਾ ਭੰਗੜਾ ਪਾਉਣਾ ਚਾਹੁੰਦਾ ਬਸ ਗੱਲ ਇਹ ਹੈ ਮੈਂ ਕਿਹਾ ਜਿਵੇਂ ਦਾ ਤੁਸੀਂ ਗਾਉਂਦੇ ਹੋ ਜਿਹੜੇ ਤੁਹਾਡੇ ਬੱਚੇ ਆ ਲਾਗੇ ਜਾਣ ਸੁਣ ਉਹਦੇ ਲਾਗੇ ਸੁਣ ਕੇ ਤੁਹਾਨੂੰ ਸੁਣ ਸੁਣ ਕੇ ਹੀ ਆਪਣੇ ਆਪ ਸੁਰ ਚ ਆ ਜਾਂਦੇ ਹੋਣੇ ਭਾਜੀ ਇਹ ਸ਼ੁਰੂ ਤੋਂ ਹੀ ਇੱਕ ਗੱਲ ਹੈ ਮੈਂ ਆਪਣੇ ਫਾਦਰ ਸਾਹਿਬ ਦੀ ਸੰਗਤ ਬਹੁਤ ਕੀਤੀ ਮੈਂ ਜਿਹੜੇ ਅੱਛੇ ਲੋਕ ਨੇ ਜਿਹੜੇ ਮਿਊਜ਼ਿਕ ਨਾਲ ਬਾਵਸਤਾ ਨੇ ਜਿਹੜੇ ਸ਼ਾਇਰੀ ਨਾਲ ਬਾਵਸਤਾ ਨੇ ਮੈਂ ਉਹਨਾਂ ਦੀ ਸੰਗਤ ਬਹੁਤ ਕੀਤੀ ਉਹਨਾਂ ਤੋਂ ਪੁੱਛਿਆ ਨਹੀਂ ਕੁਛ ਇਹ ਨਹੀਂ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਦੱਸਿਓ ਆਹ ਸਾਰੇ ਗਾਮਾ ਕਿੱਦਾਂ ਹੁੰਦਾ ਆ ਲਫ਼ਜ਼ ਦਾ ਮਤਲਬ ਕੀ ਹੈ ਨਾ 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 ਮੈਂ ਸਿਰਫ ਉਹਨਾਂ ਨੂੰ ਸੁਣਿਆ ਹੈ ਹੁਣ ਇੱਕ ਸਾਡੇ ਹਿੰਦੀ ਦੇ ਸ਼ਾਇਰ ਨੇ ਰਾਹਤ ਇੰਦੌਰੀ ਸਾਹਿਬ ਬਿਲਕੁਲ ਜੀ ਉਹਨਾਂ ਦੀ ਸ਼ਾਇਰੀ ਐਸੀ ਹੈ ਓਹੋ ਦਿਲ 'ਚ ਚੁੱਭ ਜਾਂਦੀ ਦਿਲ 'ਚ ਵੜ ਜਾਂਦੀ ਉਹਦੇ ਕਿਆ ਵਾ ਐਸੇ ਐਸੇ ਮੇਰੇ ਹੁਜਰੇ ਮੇਂ ਨਹੀਂ ਮੇਰੇ ਹੁਜਰੇ ਮੇਂ ਨਹੀਂ ਹੁਜਰਾ ਉਹ ਹੁੰਦਾ ਜਿੱਥੇ ਤੁਸੀਂ ਇਬਾਦਤ ਕਰਦੇ ਹੋ ਹੁਜਰਾ ਉਹ ਚੀਜ਼ ਹੈ ਜਿੱਥੇ ਤੁਸੀਂ ਨਮਾਜ਼ ਅਦਾ ਕਰਦੇ ਹੋ ਹੁਜਰਾ ਉਹ ਚੀਜ਼ ਹੈ ਜਿੱਥੇ ਤੁਸੀਂ ਚਿਰਾਗ ਬਾਲਦੇ ਹੋ ਹੁਜਰਾ ਉਹਨੂੰ ਕਿਹਾ ਜਾਂਦਾ ਉਰਦੂ ਜ਼ੁਬਾਨ 'ਚ ਮਤਲਬ ਇੱਕ ਤਰ੍ਹਾਂ ਨਾਲ ਜਿੱਥੇ ਇਬਾਦਤ ਗਾਹ ਤੁਹਾਡੀ ਹੈ ਨਾ ਮੇਰੇ ਹੁਜਰੇ ਮੇਂ ਨਹੀਂ ਕਹੀਂ ਔਰ ਰੱਖ ਦਿਓ ਮੇਰੇ ਹੁਜਰੇ ਮੇਂ ਨਹੀਂ ਕਹੀਂ ਔਰ ਰੱਖ ਦਿਓ ਆਸਮਾ ਲਾਏ ਹੋ ਸੁਣਿਆ ਤੁਸੀਂ ਸ਼ੇਰ ਬਿਲਕੁਲ ਸਾਡੇ ਬਹੁਤ ਫੇਵਰੇਟ ਹੈ ਜੀ ਆਸਮਾ ਲਾਏ ਹੋ ਜ਼ਮੀਨ ਪਰ ਰੱਖ ਦਿਓ ਐਸੇ ਐਸੇ ਮੈਂ ਐਸੇ ਲੋਕ ਸੁਣੇ ਨੇ ਹੁਣ ਸ਼ਿਵ ਕੁਮਾਰ ਬਟਾਲਵੀ ਜੈਸਾ ਕੌਣ ਹੋ ਸਕਦਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਇਹਦੇ 'ਚ ਇੱਕ ਅੰਤਰਾ ਹੈ ਕਿ ਮੇਰੇ ਗੀਤ ਵੀ ਲੋਕ ਸੁਣੇਂਦੇ ਨੇ ਨਾਲੇ ਕਾਫਰ ਆਖ ਸਦੇਂਦੇ ਨੇ ਮੈਂ ਦਰਦ ਨੂੰ ਕਾਬਾ ਕਹਿ ਬੈਠਾ ਰੱਬ ਨਾ ਰੱਖ ਬੈਠਾ ਪੀੜਾਂ ਦਾ ਹੈ ਨਾ ਮੇਰੀ ਗੁਜ਼ਾਰਿਸ਼ ਆ ਤੁਹਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਦੱਸੋ ਕਿ ਸ਼ਿਵ ਕੁਮਾਰ ਬਟਾਲਵੀ ਕੌਣ ਸੀ ਆਪਣੇ ਬੱਚਿਆਂ ਨੂੰ ਦੱਸੋ ਉਸਤਾਦ ਲਾਲ ਚੰਦ ਯਮਲਾ ਜੱਟ ਸਾਹਿਬ ਕੌਣ ਸੀ ਆਪਣੇ ਬੱਚਿਆਂ ਨੂੰ ਦੱਸੋ ਸੁਰਿੰਦਰ ਕੌਰ ਕੌਣ ਸੀ ਆਪਣੇ ਬੱਚਿਆਂ ਨੂੰ ਦੱਸੋ ਗੁਰਮੀਤ ਬਾਵਾ ਜੀ ਕੌਣ ਸੀ ਆਪਣੇ ਬੱਚਿਆਂ ਨੂੰ ਦੱਸੋ ਸੁਰਿੰਦਰ ਛਿੰਦਾ ਸਾਹਿਬ ਕੌਣ ਸੀ ਆਪਣੇ ਬੱਚਿਆਂ ਨੂੰ ਦੱਸੋ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਕੌਣ ਸੀ ਬਰਕਤ ਸਿੱਧੂ ਸਾਹਿਬ ਕੌਣ ਸੀ ਬਿਲਕੁਲ ਜੀ ਬਿਲਕੁਲ ਸੋ ਇਹ ਜ਼ਰੂਰੀ ਹੈ ਬਿਲਕੁਲ ਜੀ ਕਮੈਂਟਸ ਨਾਲ ਜਿਹੜੇ ਨੇ ਉਹਨਾਂ ਨੂੰ ਵੀ ਜੋੜ ਲਈਏ ਆਪਾਂ ਦਲਜੀਤ ਸਿੰਘ ਕਹਿ ਰਹੇ ਨੇ ਬਹੁਤ ਵਧੀਆ ਵਲ ਸਾਹਿਬ ਕਮਾਲ ਵੈਰੀ ਗੁੱਡ ਜੀ ਲਾਲੀ ਅਹਿਸਾਨ ਸਰਪੰਚ ਸਾਹਿਬ ਕਹਿ ਰਹੇ ਨੇ ਜੀ ਵੈਲਕਮ ਟੂ ਮੈਲਬਨ ਦਲਜੀਤ ਸਿੰਘ ਕਹਿ ਰਹੇ ਨੇ ਜੀ ਚੰਗਾ ਹੋਇਆ ਨਜ਼ਰਾਂ ਤੋਂ ਦੂਰ ਹੋ ਗਈ ਭਾਈ ਬਹੁਤ ਹੀ ਸਾਡੇ ਕੋਲ ਇੰਨੇ ਜ਼ਿਆਦਾ ਸੌਂਗਸ ਨੇ ਸੁਣਨੂੰ ਪਰ ਇੱਕ ਲਿਮਿਟ ਆ ਪਰ ਇੱਕ ਕੋਸ਼ਿਸ਼ ਕਰਾਂਗੇ ਅਤੇ ਸਾਡੇ ਸਿੰਗਰ ਐਸ ਕੌਰ ਜੀ ਕਹਿ ਰਹੇ ਨੇ ਜੀ ਬਹੁਤ ਵਧੀਆ ਇਹ ਵੀ ਸਾਡੇ ਗਾਉਣ ਵਾਲੇ ਨੇ ਇਹਨਾਂ ਦਾ ਸ਼ੋਅ ਵੀ ਆ ਰਿਹਾ ਤੁਹਾਡੇ ਤੋਂ ਮੇਰੇ ਖਿਆਲ ਇੱਕ ਦੋ ਹਫ਼ਤਾ ਬਾਅਦ 'ਚ ਆ ਜੀ 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 ਉਹ ਵੀ ਕਹਿ ਰਹੇ ਨੇ ਜੀ ਵੈਰੀ ਵੈਰੀ ਨਾਈਸ ਜੇ ਤੁਹਾਡੇ ਆਪਣੇ ਇੱਕ ਫੀਲਡ ਦੇ ਇੱਕ ਦੂਜੇ ਨੂੰ ਐਪਰੀਸ਼ੀਏਟ ਕਰਦੇ ਮੇਰੇ ਖਿਆਲ ਹੋਰ ਵਧੀਆ ਲੱਗਦਾ ਮੈਨੂੰ ਕਲਾਕਾਰ ਬਹੁਤ ਸੁਣਦੇ ਨੇ ਮੇਰੀ ਕਿਸਮਤ ਇਸ ਕਰਕੇ ਬੜੀ ਅੱਛੀ ਹੈ ਮੈਨੂੰ ਕਲਾਕਾਰ ਸੁਣਦੇ ਨੇ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਜੀ ਮਲਕੀਤ ਕੌਰ ਬਰਾੜ ਕਹਿ ਰਹੇ ਨੇ ਜੀ ਵੈਰੀ ਵੈਰੀ ਨਾਈਸ ਦੋਸਤੋ ਯਾਦ ਰੱਖਿਓ ਜੀ ਆਪਾਂ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਸੁਣਨੀਆਂ ਇਹੋ ਜਿਹਾ ਸੰਗੀਤ ਵੀ ਸੁਣਨਾ ਸ਼ਾਇਰੀ ਸੁਣਨੀ ਆ ਬੜੇ ਬੜੇ ਦਰਵੇਸ਼ ਜਿਹੜੇ ਸਾਡੇ ਲਿਖਣ ਵਾਲੇ ਨੇ ਉਹਨਾਂ ਦੇ ਵੱਲੋਂ ਲਿਖਿਆ ਹੋਇਆ ਭਾਅ ਜੀ ਉਹਨਾਂ ਦੀ ਜ਼ੁਬਾਨੀ ਅਸੀਂ ਉਸ ਦਿਨ ਸੁਣਨਾ ਟਾਈਮ ਜ਼ਰੂਰ ਜੋਤ ਕਾਲ 6:30 ਔਨ ਟਾਈਮ ਪਲੀਜ਼ ਬੀ ਔਨ ਟਾਈਮ ਕਿਉਂ ਅਸੀਂ ਕਹਿ ਰਹੇ ਹਾਂ ਕਿਉਂਕਿ ਇੱਕ ਡਿਫਰੈਂਟ ਤਰ੍ਹਾਂ ਦਾ ਮਾਹੌਲ ਮਿਲਣਾ ਤੁਹਾਨੂੰ ਇੱਥੇ ਤੁਸੀਂ ਕੋਈ ਨਾਈਟ ਆਊਟ ਜਾਂ ਆਪਾਂ ਉਹ ਗੱਲ ਨਹੀਂ ਕਹਿ ਸਕਦੇ ਕਿ ਹਾਫ ਵੇ ਆਪਾਂ ਜਾ ਕੇ ਵੀ ਉਹ ਚੀਜ਼ ਨੂੰ ਜੁਆਇਨ ਕਰ ਸਕਦੇ ਹਾਂ ਇੱਕ ਸੋਰਟ ਆਫ ਜਰਨੀ ਆ ਤੁਸੀਂ ਸ਼ੁਰੂਆਤ ਤੋਂ ਨਾਲ ਜੁੜੋਗੇ ਤਾਂ ਤੁਸੀਂ ਉਹ ਚੀਜ਼ ਨੂੰ ਫੀਲ ਕਰ ਸਕਦੇ ਹੋ ਬੈਂਕ ਹੋਮ ਦੇ ਵਿੱਚ ਰਿਸੈਪਸ਼ਨ ਐਟ ਸਫਾਇਰ ਪਲੀਜ਼ ਜੇਕਰ ਟਿਕਟਸ ਅਜੇ ਤੱਕ ਨਹੀਂ ਬੁੱਕ ਕੀਤੀਆਂ ਤਾਂ ਪਲੀਜ਼ ਤੁਸੀਂ ਟੀਮ ਮੈਂਬਰ ਦੇ ਨਾਲ ਕੋਂਟੈਕਟ ਕਰਕੇ ਕਰ ਸਕਦੇ ਹੋ ਜਾਂ ਟਿਕਟਸ ਐਟ ਈਵੈਂਟ ਬਾਕਸ ਵਿੱਚ ਸਾਡੀ ਟੀਮ ਜਿਹੜੀ ਆ ਜਿਹੜੇ ਸਾਡੇ ਵੀਰ ਨੇ ਜਿਹਨਾਂ ਵਿੱਚ ਅਰੁਣ ਭਾਅ ਜੀ ਆ ਸਾਡੇ ਬਾਜਵਾ ਸਾਹਿਬ ਨੇ ਜਸਮੀਤ ਉਹਨਾਂ ਨੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਨਾ ਇੰਨਾ ਵਧੀਆ ਅਤੇ ਮਿਆਰੀ ਜਿਹੜਾ ਸ਼ੋਅ ਆ ਸਾਡੇ ਸਾਰਿਆਂ ਵਾਸਤੇ ਲੈ ਕੇ ਆਏ ਕਿਉਂਕਿ ਮੈਲਬਨ ਮੇਲਿਆਂ ਦਾ ਸ਼ੋਅ ਆ ਪਰ ਅਜਿਹੇ ਸ਼ੋਆਂ ਦੀ ਹਮੇਸ਼ਾ ਘਾਟ ਰਹਿੰਦੀ ਹੈ ਜਿੱਥੇ ਸਾਡੀ ਵੀ ਦਿਲੀ ਇੱਛਾ ਹੁੰਦੀ ਹੈ ਕਿ ਅਸੀਂ ਅਜਿਹੀਆਂ ਜਿਹੜੀਆਂ ਸ਼ਖਸੀਅਤਾਂ ਨੇ ਹੁੰਦੀਆਂ ਉਹਨਾਂ ਨੂੰ ਬੈਠ ਕੇ ਸੁਣੀਏ ਗੱਲਾਂ ਬਾਤਾਂ ਕਰੀਏ ਤੋ ਪਲੀਜ਼ ਬੀ ਔਨ ਟਾਈਮ ਤਾਂ ਜੋ ਅਸੀਂ ਇਸ ਚੀਜ਼ ਦਾ ਆਨੰਦ ਮਾਣ ਸਕੀਏ ਭਾਅ ਜੀ ਜੀ ਕਰਦਾ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਕਰੀਏ ਅਤੇ ਗੱਲਾਂ ਵੀ ਤੁਸੀਂ ਅਜਿਹੀਆਂ ਕਰਦੇ ਹੋ ਕਿ ਮੇਰੇ ਖਿਆਲ ਲਗਾ ਸੁਣ ਜੀ ਤਾਂ ਉਹ ਖਤਮ ਨਹੀਂ ਹੋਣ ਵਾਲੀਆਂ ਕਿਉਂਕਿ ਤੁਹਾਡਾ ਖਜ਼ਾਨਾ ਇੰਨਾ ਥੈਂਕ ਯੂ ਅਤੇ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਜਾਂਦਿਆਂ ਭੀੜ ਮੈਂ ਸੁਣਾ ਇੱਕ ਪਲੀਜ਼ ਨੈਣਾ ਦੇ ਹਰਫ ਪੜਾਂ ਕਿਵੇਂ
दिल ते लिखिया वखावां किवें, इन्हां सोचां विच रहना दिल नूं अक्सर कहना, जिहड़ी इश्क च ठड़दी उहदे रंग विच रंगदी, ओह नब्ज़ पछाण ना। मेरा पीर जाने मेरी पीड़ ओ जाने ना, ओ जाने ना।